ਕੇਸਰੀ ਵਿਰਾਸਤ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹਦੇ ਵਿੱਚ ਅਸੀਂ ਸਮਾਜ ਨੂੰ ਜਿਹੜੀਆਂ ਚੁਣੌਤੀਆਂ ਨੇ ਇਹੋ ਜਿਹੇ ਮੁੱਦੇ ਲੈ ਕੇ ਉਹਨਾਂ 'ਤੇ ਵਿਚਾਰ ਚਰਚਾ ਅਕਸਰ ਕਰਦੇ ਰਹਿੰਦੇ ਹਾਂ ਅਤੇ ਅੱਜ ਦੀ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਨੇ ਪੱਤਰਕਾਰ ਛਿੰਦਰਪਾਲ ਚਾਹਲ ਜੀ ਔਰ ਸਮਾਜ ਸੇਵਕ ਮੋਹਿਤ ਸ਼ਰਮਾ ਜੀ। ਤੋ ਇਹ ਦੋਨੇ ਦੋਸਤ ਸਾਡੇ ਨਾਲ ਨੇ। ਇਸ ਗੱਲ 'ਤੇ ਅੱਜ ਅਸੀਂ ਵਿਚਾਰ ਕਰਾਂਗੇ ਕਿ ਦਿੱਲੀ ਦੇ ਵਿੱਚ ਇੱਕ ਈਸਾਈ ਮਿਸ਼ਨਰੀਆਂ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਇੱਕ ਟੈਸਟ ਲਿਆ ਸੀ, ਉਹਦੇ ਵਿੱਚ ਸਵਾਲ ਆਇਆ ਜਿਹਦੇ 'ਚ ਪੁੱਛਿਆ ਗਿਆ ਸੀ ਬੱਚਿਆਂ ਨੂੰ ਕਿ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅੱਤਵਾਦੀ ਗਰੁੱਪ ਬਣਾਇਆ ਸੀ। ਦੱਸਦੇ ਮਿਲੀਟੈਂਟ ਸ਼ਬਦ ਵਰਤਿਆ ਗਿਆ, ਅੱਤਵਾਦੀ ਗਰੁੱਪ ਬਣਾਇਆ ਸੀ, ਉਹਦਾ ਨਾਮ ਦੱਸੋ। ਪਰ ਇਹੋ ਜਿਹੀਆਂ ਗੱਲਾਂ ਇਸ ਭਾਰਤ ਦੇਸ਼ ਦੇ ਵਿੱਚ ਹੀ ਹੋਣਾ ਕਿਹੜੀਆਂ ਚੀਜ਼ਾਂ ਵੱਲ ਇਸ਼ਾਰਾ ਕਰਦਾ? ਤੋ ਸਭ ਤੋਂ ਪਹਿਲਾਂ ਅਸੀਂ ਛਿੰਦਰਪਾਲ ਚਾਹਲ ਜੀ ਕੋਲ ਜਾਣਨਾ ਚਾਹਵਾਂਗੇ ਕਿ ਉਹ ਇਹ ਜਿਹੜਾ ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਸਵਾਲ ਪਾਇਆ ਗਿਆ ਉਹਦੇ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰਦੀ ਲੱਗਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜੋ ਵੀ ਉਹ ਸਵਾਲ ਪਾਇਆ ਗਿਆ ਬਹੁਤ ਨਿੰਦਣਯੋਗ, ਬਹੁਤ ਘਟੀਆ ਕਰਮ ਕੀਤਾ ਜਿਹਨੇ ਵੀ ਕੀਤਾ। ਲੇਕਿਨ ਇਸ ਵੇਲੇ ਆਪਾਂ ਨੂੰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਜਾਣਨਾ ਪਊਗਾ ਵੀ ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਜਿਹੜੀ ਕੰਮ ਕਰ ਰਹੀ ਹੈ। ਜੇ ਮੰਨਿਆ ਜਾਵੇ ਪਿੱਛੇ ਜੇ ਥੋੜ੍ਹਾ ਦਿਨ ਪਹਿਲਾਂ ਆਇਆ ਵੀ ਉਹਨਾਂ ਨੇ ਮਾਫ਼ੀ ਮੰਗ ਲਈ, ਲੇਕਿਨ ਸਿਰਫ ਮਾਫ਼ੀ ਤੱਕ ਸੀਮਤ ਨਹੀਂ ਮੁੱਦਾ ਰੱਖਣਾ ਚਾਹੀਦਾ। ਐਡੇ ਮਹਾਨ ਪੁਰਖ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਆਪਾਂ ਵਾਸਤੇ ਦੁਨੀਆ ਵਾਸਤੇ ਕੁਰਬਾਨ ਕਰ ਦਿੱਤਾ ਅਤੇ ਉਹਨਾਂ ਵਾਸਤੇ ਇਹ ਸ਼ਬਦ ਕਹਿਣਾ ਬਹੁਤ ਹੀ ਜ਼ਿਆਦਾ ਘਟੀਆ ਆ ਅਤੇ ਇਸ ਬਾਰੇ ਆਪਣਾ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਸਖ਼ਤ ਤੋਂ ਸਖ਼ਤ ਬਣਦੀ ਆ, ਕਰਨੀ ਚਾਹੀਦੀ ਆ। ਤੋ ਜਿੱਥੋਂ ਤੱਕ ਸਵਾਲ ਬਣਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਉੱਧਰੋਂ ਵੀ ਉਹਨਾਂ ਦੇ ਖਿਲਾਫ਼ ਜੋ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨ ਵਾਸਤੇ ਗੌਰਮੈਂਟ ਨੂੰ ਲਿਖਿਆ ਜਾਣਾ ਚਾਹੀਦਾ। ਤੋ ਮੋਹਿਤ ਜੀ, ਤੁਸੀਂ ਇਸ ਘਟਨਾ ਚੱਕਰ ਨੂੰ ਕਿਸ ਢੰਗ ਨਾਲ ਦੇਖਦੇ ਹਾਂ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਮਾੜੀ ਗੱਲ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਗੁਰੂਆਂ ਦੇ ਪ੍ਰਤੀ, ਜਿਨ੍ਹਾਂ ਕਰਕੇ ਅੱਜ ਅਸੀਂ ਖੁੱਲ੍ਹੇ ਬੈਠੇ, ਖੁੱਲ੍ਹੇ ਆਸਮਾਨ ਥੱਲੇ ਸਾਹ ਲੈ ਰਹੇ ਹਾਂ, ਆਜ਼ਾਦੀ ਨਾਲ ਜੀਵਨ ਜੀ ਰਹੇ ਹਾਂ। ਉਹ ਇਸ ਦੇਸ਼ ਦੀ ਰੱਖਿਆ ਕਰਨ ਵਾਸਤੇ ਹੀ ਉਹਨਾਂ ਨੇ ਐਸੇ ਪੰਥ ਦੀ ਸਥਾਪਨਾ ਕੀਤੀ ਸੀ, ਐਸੀ ਫੌਜ ਤਿਆਰ ਕੀਤੀ ਸੀ ਜਿਨ੍ਹਾਂ ਨੇ ਸਾਨੂੰ ਮੁਗਲਾਂ ਤੋਂ ਬਚਾਇਆ। ਔਰ ਅੱਜ ਸਾਡੇ ਦੇਸ਼ ਦੇ ਵਿੱਚ ਐਸੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ, ਪਹਿਲਾਂ ਤੋਂ ਹੀ ਮਾਹੌਲ ਠੀਕ ਨਹੀਂ ਹੈ ਦੇਸ਼ ਦਾ। ਤੁਹਾਡੇ ਸਾਰਿਆਂ ਧਿਆਨ 'ਚ ਹੀ ਹੈ ਕਿ ਦਿੱਲੀ ਸਾਡੀ ਰਾਜਧਾਨੀ ਵਿੱਚ ਪਹਿਲਾਂ ਹੀ ਮਾਹੌਲ ਬੜਾ ਖਰਾਬ ਚੱਲਦਾ ਪਿਆ, ਔਰ ਉੱਪਰੋਂ ਦੀ ਇੱਦਾਂ ਦੀ ਸਟੇਟਮੈਂਟ, ਉਹ ਵੀ ਇੱਕ ਵੈੱਲ ਕੁਆਲੀਫਾਈਡ ਐਜੂਕੇਟਡ ਸਕੂਲ ਦੇ ਵਿੱਚੋਂ ਦੀ। ਮਾਫ਼ੀ ਤਾਂ ਚਲੋ ਇੱਕ ਮੰਗ ਲੈਣੀ ਠੀਕ ਹੈ, ਲੇਕਿਨ ਅਸੀਂ ਜੋ ਬੱਚਿਆਂ ਦੇ ਦਿਮਾਗ 'ਚ ਫੀਡ ਕਰਤਾ ਉਹਨੂੰ ਕਦੋਂ ਤੱਕ ਅਸੀਂ ਡਿਲੀਟ ਕਰ ਪਾਵਾਂਗੇ? ਇਕੱਲੇ ਇਕੱਲੇ ਬੱਚੇ ਨੂੰ ਕੌਣ ਜਾ ਕੇ ਕਾਉਂਸਲਿੰਗ ਕਰ ਲਏਗਾ ਕਿ ਇਹ ਗਲਤ ਕੁਐਸਚਨ ਪੁੱਟ ਕੀਤਾ ਗਿਆ, ਇਤਿਹਾਸ ਨੂੰ ਇੰਨਾ ਤੋੜਿਆ ਮਰੋੜਿਆ ਗਿਆ, ਇਹ ਕੋਈ ਮਾਫ਼ੀ ਵਾਲੀ ਗੱਲ ਨਹੀਂ ਹੈ। ਸੋ ਇੱਦਾਂ ਦੇ ਜਿਹੜੇ ਵੀ ਵਿਦੇਸ਼ੀ ਤਾਕਤਾਂ ਹੀ ਮੈਂ ਕਹਾਂਗਾ ਇਹਨਾਂ ਨੂੰ, ਜਿਹੜੀਆਂ ਦੇਸ਼ ਦਾ ਮਾਹੌਲ ਖਰਾਬ ਕਰਨੀਆਂ ਚਾਹੁੰਦੀਆਂ, ਔਰ ਲਗਾਤਾਰ ਉਹਨਾਂ ਦਾ ਇਹ ਸ਼ਡਿਅੰਤਰ ਹੈ ਕਿ ਸਾਡੀ ਸੰਸਕ੍ਰਿਤੀ ਨੂੰ, ਸਾਡੇ ਇਤਿਹਾਸ ਨੂੰ ਤੋੜ ਮਰੋੜ ਕੇ ਸਾਨੂੰ ਦੂਰ ਕਰ ਦਿੱਤਾ ਜਾਵੇ। ਤੋ ਮੇਰੀ ਇਹ ਸਾਰੇ ਜਥੇਬੰਦੀਆਂ ਨੂੰ ਬੇਨਤੀ ਹੈ, ਇਹੀ ਵਿਚਾਰ ਹੈ ਕਿ ਇਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਔਰ ਮਾਫ਼ੀ ਵਾਲੀ ਕੋਈ ਗੱਲ ਨਹੀਂ ਹੈ ਜੀ। ਤੋ ਇੱਥੇ ਇੱਕ ਗੱਲ ਇਹ ਵੀ ਜ਼ਰੂਰ ਸਾਨੂੰ ਜ਼ਿਕਰ ਕਰਨਾ ਬਣਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਰੋਲ ਹੈ, ਠੀਕ ਹੈ ਉਹਨਾਂ ਨੇ ਖਾਲਸੇ ਦੀ ਸਾਜਨਾ ਕੀਤੀ ਹੈ ਔਰ ਖਾਲਸੇ ਨੇ ਹਥਿਆਰ ਵੀ ਚੁੱਕੇ ਆ, ਜਿੱਥੇ ਉਹਨਾਂ ਦਾ ਕੰਸੈਪਟ ਸੀ ਸੰਤ ਸਿਪਾਹੀ ਦਾ ਕਿ ਜਿੱਥੇ ਅਧਿਆਤਮਿਕ ਤੌਰ 'ਤੇ ਜਿਹੜਾ ਸਿੱਖ ਆ ਉਹ ਬਹੁਤ ਉੱਚੇ ਜਜ਼ਬੇ ਵਾਲਾ ਹੁੰਦਾ, ਬਹੁਤ ਉੱਚੀ ਜਿਹੜੀ ਅਵਸਥਾ ਵਾਲਾ ਹੁੰਦਾ, ਔਰ ਉਹਦੀ ਨਜ਼ਰ ਦੇ ਵਿੱਚ ਸਾਰਾ ਸੰਸਾਰ ਜਿਹੜਾ ਉਹ ਇੱਕ ਬਰਾਬਰ ਹੁੰਦਾ, ਉਹ ਕਿਸੇ ਨਾਲ ਭੇਦਭਾਵ ਨਹੀਂ ਕਰਦਾ, ਇਹੋ ਜਿਹੀ ਜਿਹੜੀ ਹੈਗਾ ਪਰਿਕਲਪਨਾ ਜਿਹੜੀ ਆ ਉਹਦੇ 'ਚ ਹੈ। ਪਰ ਨਾਲ ਦੀ ਨਾਲ ਉਹਨੂੰ ਸਿਪਾਹੀ ਵੀ ਬਣਾਇਆ ਗਿਆ, ਉਹਨੂੰ ਚੰਗੇ ਮਾੜੇ ਦੀ ਬੁਰੇ ਭਲੇ ਦੀ ਪਛਾਣ ਹੈ, ਔਰ ਉਸ ਚੀਜ਼ ਦੇ ਉੱਤੇ ਹੀ ਉਹਨਾਂ ਨੇ ਫੈਸਲਾ ਕੀਤਾ ਸੀ। ਔਰ
ਕਿਤੇ ਵੀ ਇਹ ਨਹੀਂ ਘਟਨਾ ਆਈ ਕਿ ਕਿਸੇ ਨੂੰ ਇਸਲਾਮ ਦਾ ਹੋਣ ਕਰਕੇ ਹੀ ਉਹਦੇ ਨਾਲ ਨਫ਼ਰਤ ਕੀਤੀ ਗਈ ਹੋਵੇ। ਇਸ ਤਰ੍ਹਾਂ ਦੀ ਉਹਦੇ 'ਚ ਭਾਵਨਾ ਜਿਹੜੀ ਨਹੀਂ ਸੀ। ਪਰ ਜਦੋਂ ਕਿ ਇਸਲਾਮ ਦੇ ਨਾਂ ਦੇ ਉੱਤੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਸੀਗੇ, ਹੋਰ ਸੀ ਸਾਰਿਆਂ ਦੇ ਜਿਨ੍ਹਾਂ ਨੇ ਜ਼ੁਲਮ ਕੀਤੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ, ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਸਰਬੰਸ ਚਲਾ ਜਾਂਦਾ, ਔਰ ਕਿਸ ਕਰਕੇ ਕਿ ਤੁਸੀਂ ਇੱਥੋਂ ਦਾ ਜਿਹੜਾ ਸਾਡਾ ਕਲਚਰ ਆ, ਕਿਉਂਕਿ ਸਾਡਾ ਸੱਭਿਆਚਾਰ ਇਹ ਕਹਿੰਦਾ ਕਿ ਕੋਈ ਵੀ ਕਿਸੇ ਇਸ ਨੂੰ ਮੰਨੇ ਉਹਨੂੰ ਆਜ਼ਾਦੀ ਹੈ। ਇੱਕ ਇੱਥੇ ਫੁਲਵਾੜੀ ਵਾਂਗ ਦੇਖਿਆ ਜਾਂਦਾ, ਮਨੁੱਖਾਂ ਦੀ ਫੁਲਵਾੜੀ ਵਾਂਗ ਦੇਖਿਆ ਜਾਂਦਾ, ਵੰਨ ਸਵੰਨੇ ਜਿਹੜੇ ਫੁੱਲ ਜਿਵੇਂ ਫੁਲਵਾੜੀ ਵੰਨ ਸਵੰਨੇ ਫੁੱਲਾਂ ਨਾਲ ਸੱਜਦੀ ਹੈ, ਇਵੇਂ ਸਾਡਾ ਜਿਹੜਾ ਸਮਾਜ ਆ ਉਹ ਵੰਨ ਸਵੰਨਤਾ ਨਾਲ ਸੱਜਦਾ। ਪਰ ਕਿਤੇ ਨਾ ਕਿਤੇ ਜਿਵੇਂ ਪਹਿਲੇ ਗੱਲ ਆਈ ਹੈ ਕਿ ਜਿਵੇਂ ਇਸਲਾਮ ਵਾਲਿਆਂ ਨੂੰ ਤਾਂ ਜਿਹੜਾ ਇਸਲਾਮ ਦਾ ਧਾਰਨੀ ਆ ਜਿਹੜਾ ਇਹ ਸੋਚ ਰਿਹਾ ਕਿ ਮੈਂ ਬਾਹਰਲੀ ਜਿਹੜੀ ਸੋਚ ਆ ਉਹੀ ਇੱਥੇ ਆ ਕੇ ਲੱਦਣੀ ਹੈ, ਇਹਨਾਂ ਲੋਕਾਂ ਨੂੰ ਦੇ ਉੱਤੇ ਮੈਨੂੰ ਹੀ ਰਾਜ ਕਰਨ ਦਾ ਅਧਿਕਾਰ ਹੈ, ਔਰ ਇਹਨਾਂ ਲੋਕਾਂ ਨੂੰ ਲੁੱਟਣ ਦਾ ਅਧਿਕਾਰ ਵੀ ਮੈਨੂੰ ਮਿਲਿਆ ਹੋਇਆ, ਉਹ ਸੋਚ ਨੂੰ ਤਾਂ ਗੱਲ ਨਹੀਂ ਸੀ ਜਜਣੀ, ਇਹ ਤਾਂ ਹੈ ਸੀ ਇਸਲਾਮ ਦੀ ਗੱਲ। ਪਰ ਇਹੀ ਸੋਚ ਜਿਹੜੀ ਹੈ ਕਿਤੇ ਨਾ ਕਿਤੇ ਇਸਾਈਅਤ ਦੀ ਵੀ ਇਸੇ ਤਰੀਕੇ ਦੇ ਨਾਲ ਸੋਚ ਜਿਹੜੀ ਉਹ ਆ ਰਹੀ ਹੈ। ਦੇਖੋ ਸਾਫ਼ ਗੱਲ ਆ, ਸਾਡਾ ਮੰਨਣਾ ਆ ਕਿ ਇਸ਼ਟ ਕਿਸੇ ਨੂੰ ਵੀ ਕੋਈ ਮੰਨੇ, ਕਿਸੇ ਦੂਜੇ ਨੂੰ ਕੋਈ ਇਤਰਾਜ਼ ਨਹੀਂ, ਸਾਡੇ ਲੋਕ ਜਿਹਨੂੰ ਮਰਜ਼ੀ ਮੰਨਣ ਕੋਈ ਇਤਰਾਜ਼ ਨਹੀਂ। ਪਰ ਜਦੋਂ ਇਹ ਗੱਲ ਕੱਟੜਵਾਦ ਦੇ ਵਿੱਚ ਜਾਂਦੀ ਹੈ, ਜਦੋਂ ਇਹ ਉਹ ਰੂਪ ਅਖਤਿਆਰ ਕਰ ਜਾਂਦੀ ਕਿ ਮੈਨੂੰ ਰੱਬ ਤਾਂ ਇੱਕ ਆ ਪਰ ਰੱਬ ਉਹ ਹੈ ਜਿਵੇਂ ਮੈਂ ਕਹਿੰਦਾ, ਔਰ ਚਾਹ ਸਾਹਿਬ ਤੁਸੀਂ ਕੀ ਸੋਚਿਆ ਸਾਡੇ ਸਮਾਜ ਨੂੰ ਵਿੱਚ ਕੀ ਕਰਨਾ ਚਾਹੀਦਾ, ਖਾਸ ਤੌਰ 'ਤੇ ਸਿੱਖ ਪੰਥ ਇਹਦੇ ਲਈ ਕੀ ਕਰ ਸਕਦਾ? ਦੇਖੋ ਇੱਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਥੋੜ੍ਹਾ ਚਿਰ ਆਈਆਂ ਸੀ, ਕਾਫ਼ੀ ਦੇਰ ਪਹਿਲਾਂ ਵੀ ਆਈਆਂ ਸੀਗੀਆਂ। ਮਤਲਬ ਇੱਕ ਕ੍ਰਿਸਚਨ ਸਕੂਲ ਦੀ ਕੋਈ ਬੁੱਕ ਆਈ ਸੀ ਇੰਗਲਿਸ਼ ਵਿੱਚ ਸੀਗੀ, ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਤਲਬ ਰਿਗਾਰਡਿੰਗ ਕੁਛ ਗਲਤ ਮਤਲਬ ਜਿਹੜੀ ਭਾਸ਼ਾ ਦਾ ਵਰਤਕ ਹੈ। ਲੇਕਿਨ ਉਹ ਤੋਂ ਬਾਅਦ ਕੀ ਹੁੰਦਾ ਆ, ਜਦੋਂ ਕੋਈ ਮਸਲਾ ਧਾਰਮਿਕ ਇੱਦਾਂ ਦਾ ਆਉਂਦਾ ਨਾ, ਅਤੇ ਉਹਦੇ ਵਿੱਚ ਹੁੰਦਾ ਕੀ ਆ ਵੀ ਉਹ ਮਾਫ਼ੀ ਮੰਗ ਕੇ ਆਪਣੀ ਜਾਨ ਦਾ ਛੁਟਕਾਰਾ ਕਰ ਲੈਂਦੇ। ਲੇਕਿਨ ਸਿੱਖ ਧਰਮ ਦੀ ਵੀ ਮੈਂ ਇਹ ਕਹਿੰਦਾ ਵੀ ਬਹੁਤ ਇਹਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ, ਕਿਉਂਕਿ ਇਹ ਕੋਈ ਜੇ ਕੋਈ ਸ਼ਰਾਰਤ ਕਰ ਰਿਹਾ ਆ ਉਹਦੀ ਤਹਿ ਤੱਕ ਜਾਣਾ ਚਾਹੀਦਾ, ਪਿੱਛੋਂ ਕੌਣ ਕਰਾ ਰਿਹਾ ਇਹਦੇ। ਅਤੇ ਮਤਲਬ ਇਹ ਇੱਕ ਸਿਰਫ ਇੰਨਾ ਕਹਿ ਕੇ ਨਾ ਆਪਾਂ ਸਾਰ ਦਿਓ ਵੀ ਉਹਨੇ ਮਾਫ਼ੀ ਮੰਗ ਲਈ ਜੀ, ਸੌਟ ਆਊਟ ਹੋ ਗਿਆ। ਅਤੇ ਨਾਲ ਦੀ ਨਾਲ ਮੈਂ ਸੈਂਟਰ ਗੌਰਮੈਂਟ ਤੋਂ ਵੀ ਇਹ ਮੰਗ ਕਰਦਾ ਹਾਂ, ਮੋਦੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਜਿਹੜੇ ਮਤਲਬ ਹਿੰਦੂ ਸਿੱਖਾਂ ਦੇ ਵਿੱਚ ਜਾਂ ਆਪਸ ਵਿੱਚ ਭਾਈਚਾਰਾ ਜਿਹੜਾ ਵਿਗਾੜ ਕੇ ਇੱਦਾਂ ਦੀਆਂ ਸ਼ਰਾਰਤਾਂ ਕਰਾ ਰਹੇ ਲੋਕ, ਜਾਂ ਪਿੱਛੋਂ ਸਾਜ਼ਿਸ਼ ਰਚੀ ਜਾ ਰਹੀ, ਉਹਨਾਂ ਦਾ ਪਰਦਾਫਾਸ਼ ਕੀਤਾ ਜਾਵੇ, ਉਹਨਾਂ ਦੇ ਖਿਲਾਫ ਮੰਨ ਦੀ ਸਖ਼ਤ ਕਾਰਵਾਈ ਕੀਤੀ ਜਾਵੇ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਹੋਰ ਤੁਹਾਡੇ ਧਿਆਨ 'ਚ ਲਿਆ ਦੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਖਾਸ ਤੌਰ 'ਤੇ ਜਿਹੜੇ ਬਾਰਡਰ ਦੇ ਜ਼ਿਲ੍ਹੇ ਪੈਂਦੇ ਨੇ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵੀ ਹੈ, ਫਿਰੋਜ਼ਪੁਰ ਵੀ ਹੈ, ਗੁਰਦਾਸਪੁਰ ਵੀ ਹੈ, ਬਟਾਲੇ ਤੱਕ ਦੇ ਜਿਹੜੇ ਖੇਤਰ ਆ, ਇੱਥੇ ਜਦੋਂ ਕਿ ਸ਼ੁਰੂ ਤੋਂ ਤਾਂ ਇੱਥੇ ਕੋਈ ਜਿਹੜਾ ਇਸਾਈਅਤ ਪੰਥ ਜਿਹਦੀ ਆਪਾਂ ਗੱਲ ਕਰਦੇ ਹਾਂ ਉਹਦੇ ਕੋਈ ਬਹੁਤੇ ਫੋਲੋਅਰ ਹੈ ਨਹੀਂ ਸੀ, ਪਰ ਹੁਣ ਇਹ ਜ਼ਿਲ੍ਹਿਆਂ ਦੇ ਵਿੱਚੋਂ ਲਗਭਗ ਦੱਸਿਆ ਜਾਂਦਾ ਕਿ 40-50% ਤੱਕ ਜਿਹੜੀ ਆਬਾਦੀ ਹੈ ਉਹ ਹੋ ਚੁੱਕੀ ਹੈ ਜਿਹੜੀ ਕਹਿੰਦੇ ਅਸੀਂ ਇਸਾਈਅਤ ਦੀ ਧਾਰਨੀ ਹੈ। ਔਰ ਸਾਡੇ ਜਿਹੜੇ ਇੱਥੋਂ ਦੇ ਇਸ਼ਟ ਨੇ, ਚਾਹੇ ਦੇਵੀ ਦੇਵਤੇ ਨੇ ਜਾਂ ਗੁਰੂ ਪੀਰ ਨੇ, ਜਿੰਨੇ ਵੀ ਇਸ਼ਟ ਨੇ ਭਾਰਤੀ ਧਰਮ ਪੰਥ ਨੇ ਜਿੰਨੇ, ਉਹ ਉਹਨਾਂ ਨੂੰ ਕਿਤੇ ਨਾ ਕਿਤੇ ਇਗਨੋਰ ਕਰਦੇ, ਔਰ ਇਹਨਾਂ 'ਤੇ ਅਕਸਰ ਇਲਜ਼ਾਮ ਲੱਗਦੇ ਰਹਿੰਦੇ ਆ ਕਿ ਉਹ ਇਹਨਾਂ ਦੀ ਇੱਜ਼ਤ ਨਹੀਂ ਕਰਦੇ, ਸਗੋਂ ਇਹਨਾਂ ਨੂੰ ਬਹੁਤ ਕੰਮ ਦੱਸ ਕੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਜਿਹੜੇ ਉਹਨਾਂ ਵਾਸਤੇ ਸ਼ਬਦਾਵਲੀ ਵਰਤ ਕੇ ਸਿਰਫ ਇੱਕ ਹੀ ਜਿਹੜਾ ਵਿਅਕਤੀ ਹੈ ਉਹਨੂੰ ਉੱਥੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਲੋਕ ਮਨਾਂ 'ਚ, ਔਰ ਲੋਕ ਆਪਣੇ ਇਸ਼ਟਾਂ ਦੇ ਨਾਲ ਉਸ ਢੰਗ ਨਾਲ ਨਹੀਂ ਜੁੜ ਪਾਏ। ਔਰ ਸ਼ਾਇਦ ਕਿਤੇ ਨਾ ਕਿਤੇ ਸਾਡੇ 'ਚ ਕਮੀਆਂ ਨੇ, ਸਾਡੇ ਪ੍ਰਚਾਰ 'ਚ ਕਮੀਆਂ ਨੇ ਕਿ ਅਸੀਂ ਆਪਣੀ ਜਿਹੜੀ ਗੁਰੂ ਪੀਰਾਂ ਦੀ ਆਪਣੀ ਮਹਾਨਤਾ ਜਿਹੜੀ ਆ ਉਹ ਨਹੀਂ ਦੱਸ ਪਾਉਂਦੇ। ਔਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਹਿੰਦੂ ਵੀਰ ਜਿਹੜੇ ਆ ਉਹ ਕਨਵਰਟ ਹੋ ਚੁੱਕੇ ਆ, ਉੱਥੇ ਬਹੁਤ ਸਾਰੇ ਸਿੱਖ ਵੀ ਹੈ ਜੇ ਗੁਰਦੁਆਰਾ ਸਾਹਿਬ ਦੀ ਥਾਂ 'ਤੇ ਜਿਨ੍ਹਾਂ ਨੇ ਚਰਚ ਜਾਣ ਦਾ ਜਿਹੜਾ ਪੱਲਾ ਫੜ ਲਿਆ, ਔਰ ਸਿੱਖੀ ਤੋਂ ਕਿਤੇ ਨਾ ਕਿਤੇ ਇਨਕਾਰੀ ਹੋ ਰਿਹਾ। ਮੋਹਿਤ ਜੀ, ਤੁਹਾਡੇ ਕੋਲ ਮੈਂ ਜਾਣਨਾ ਚਾਹੂੰਗਾ ਕਿ ਤੁਸੀਂ ਵੀ ਇਹਨਾਂ ਵਿਸ਼ਿਆਂ ਦੇ ਉੱਤੇ ਥੋੜ੍ਹਾ ਕੰਮ ਕਰਦੇ ਹੋ, ਅਤੇ ਤੁਸੀਂ ਕੀ ਜਾਣਦੇ ਹੋ ਕਿ ਇਹ ਜਿਹੜੀ ਮਾਨਸਿਕਤਾ ਆ ਇਹਦੇ ਨਾਲ ਆਪਾਂ ਜਾਂ ਹਿੰਦੁਸਤਾਨੀ ਧਰਮ ਪੰਥਾਂ ਦਾ ਕਿੰਨਾ ਕੁ ਨੁਕਸਾਨ ਹੈ? ਦੇਖੋ ਜੀ, ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਦੇਸ਼ ਦਾ। ਇਸ ਦੇਸ਼ ਨੂੰ ਬਚਾਉਣ ਲਈ ਸਾਰੀਆਂ ਸ਼ਹਾਦਤਾਂ ਦਿੱਤੀਆਂ ਗਈਆਂ, ਔਰ ਅੱਜ ਅਸੀਂ ਉਹਦੀ ਸੰਭਾਲ ਨਹੀਂ ਕਰ ਪਾ ਰਹੇ, ਅਸੀਂ ਆਪਣੇ ਬੱਚਿਆਂ ਨੂੰ ਇਹ ਸ਼ਿਕਸ਼ਾ ਨਹੀਂ ਦੇ ਪਾ ਰਹੇ
ਅਸੀਂ ਉਹਨਾਂ ਨੂੰ ਇਤਿਹਾਸ ਨਹੀਂ ਆਗੂ ਕਰਾ ਪਾ ਰਹੇ ਕਿ ਗੁਰੂ ਮਹਾਰਾਜ ਨੇ ਆਪਣੇ ਪਰਿਵਾਰ, ਆਪਣੇ ਛੋਟੇ ਬੱਚੇ, ਆਪਣੀਆਂ ਸ਼ਹਾਦਤਾਂ ਕਿਉਂ ਦਿੱਤੀਆਂ। ਅੱਜ ਅਸੀਂ ਵੈਸਟਰਨ ਕਲਚਰਲ ਤੌਰ ਤਾਂ ਪਏ ਹਾਂ, ਠੀਕ ਹੈ, ਸਮੇਂ ਹੈ, ਟੈਕਨੋਲੋਜੀ ਵਰਲਡ ਹੈ, ਪਰ ਸਾਡੀਆਂ ਜਿਹੜੀਆਂ ਜੜ੍ਹਾਂ ਵਾ ਉਹ ਸਾਡਾ, ਸਾਡੀ ਸੰਸਕ੍ਰਿਤੀ, ਸਾਡਾ ਇਤਿਹਾਸ ਹੈ। ਸੋ ਸਾਡੇ ਬੱਚਿਆਂ ਨੂੰ ਤਾਂ ਉਹੀ ਸ਼ਿਕਸ਼ਾ ਮਿਲਣੀ ਹੈ ਜੀ ਜੋ ਸਕੂਲੋਂ ਪੜ੍ਹਾਇਆ ਜਾਂਦਾ ਪਿਆ। ਔਰ ਸਾਡਾ ਵੈਸਟਰਨ ਕਲਚਰ ਇੰਨਾ ਡਿਵੈਲਪ ਹੋ ਗਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਿਆਦਾਤਰ ਕੋਨਵੈਂਟ ਸਕੂਲਾਂ ਵਿੱਚ ਹੀ ਭੇਜ ਰਹੇ ਹਾਂ। ਔਰ ਮੈਨੂੰ ਨਹੀਂ ਲੱਗਦਾ ਜੀ ਕੋਨਵੈਂਟ ਸਕੂਲਾਂ ਦੇ ਵਿੱਚ ਕਿੱਥੇ ਜਾ ਕੇ ਉਹਨਾਂ ਨੂੰ ਕਿਸੇ ਵੀ ਆਪਣੇ ਦੇਸ਼ ਦੀ ਸ਼ਖਸੀਅਤ, ਸਾਡੇ ਮਹਾਨ, ਪੂਰਾ ਵਿਸ਼ਵ ਜਿਹਨੂੰ ਜਾਣਦਾ, ਉਹਨਾਂ ਬਾਰੇ ਇੱਦਾਂ ਦੀ ਗੱਲ ਕਹੀ ਜਾਣੀ। ਮਤਲਬ ਕਿੱਥੇ ਨਾ ਕਿੱਥੇ ਸ਼ਡਿਅੰਤਰ ਦਾ ਹਿੱਸਾ ਹੈ। ਔਰ ਗੁਰੂ ਮਹਾਰਾਜ ਕੋਈ ਮਤਲਬ ਆਪਣੇ ਲਈ ਨਹੀਂ, ਸਾਡੇ ਲਈ, ਇਸ ਦੇਸ਼ ਲਈ ਸ਼ਹੀਦ ਹੋਏ। ਸੋ ਇਹ ਸਾਡੇ ਪੇਰੈਂਟਸ ਦੀਆਂ ਵੀ ਗਲਤੀਆਂ ਹੈਗੀਆਂ ਵਾ ਕਿ ਅਸੀਂ ਉਹਨਾਂ ਨੂੰ ਕੋਨਵੈਂਟ ਸਕੂਲਾਂ 'ਚ ਭੇਜੀ ਜਾ ਰਹੇ ਹਾਂ, ਇੱਕ ਭਾਗ ਦੌੜ 'ਚ ਭੇਜੀ ਜਾ ਰਹੇ ਹਾਂ, ਔਰ ਆਪਣੇ ਇਤਿਹਾਸ ਤੋਂ ਬੜਾ ਦੂਰ ਕਰਤਾ। ਦੂਸਰੀ ਗੱਲ, ਜਿਹੜੀ ਇਹ ਚਰਚਾ ਚੱਲ ਰਹੀ ਹੈ ਜੀ ਕਿ ਲੋਕ ਈਸਾਈਅਤ ਵੱਲ ਜਾ ਰਹੇ ਨੇ, ਪਿੰਡਾਂ 'ਚ ਤਾਂ ਬਹੁਤ ਜ਼ਿਆਦਾ ਲੋਕ ਈਸਾਈਅਤ ਵੱਲ ਜੁੜੀ ਜਾ ਰਹੇ ਨੇ, ਕਿ ਇਹ ਬੜਾ ਸੋਚਣ ਦਾ ਅਤੇ ਬੜਾ ਗਹਿਰਾ ਵਿਸ਼ੇ ਹੈ ਜੀ। ਇਹ ਸਮੱਸਿਆ ਸਾਨੂੰ ਅੱਜ ਸ਼ਾਇਦ ਨਹੀਂ ਪਤਾ ਲੱਗ ਰਹੀ, ਪਰ ਕੁਝ ਸਾਲਾਂ ਬਾਅਦ ਅਸੀਂ ਦੇਖਾਂਗੇ ਕਿ ਇਹ ਸਮੱਸਿਆ ਇੱਕ ਬਹੁਤ ਵੱਡਾ ਗੰਭੀਰ ਜ਼ਖਮ ਬਣ ਜਾਏਗਾ, ਜਿਹਦਾ ਇਲਾਜ ਫਿਰ ਕਰਨਾ ਸੰਭਵ ਨਹੀਂ ਹੋ ਪਾਏਗਾ। ਅਸੀਂ ਵੱਡੀਆਂ ਵੱਡੀਆਂ ਸੰਸਥਾਵਾਂ ਚਲਾ ਰਹੇ ਹਾਂ, ਵੱਡੇ ਵੱਡੇ ਇਨਫਰਾਸਟ੍ਰਕਚਰ ਖੜ੍ਹੇ ਕੀਤੇ ਆ, ਪਰ ਅਸੀਂ ਆਪਣੇ ਲੋਕਾਂ ਨੂੰ, ਆਪਣੇ ਸਾਥੀਆਂ ਨੂੰ, ਦੇਸ਼ ਵਾਸੀਆਂ ਨੂੰ ਇਹ ਨਹੀਂ ਦੱਸ ਪਾ ਰਹੇ ਕਿ ਕਿਸ ਹਾਲਾਤਾਂ ਵਿੱਚੋਂ ਅਸੀਂ ਨਿਕਲੇ ਹਾਂ, ਔਰ ਕਿਸ ਕੋਸਟ ਦੇ ਉੱਤੇ ਕੀ ਦੇ ਕੇ ਅਸੀਂ ਇਹ ਆਜ਼ਾਦੀ ਔਰ ਇਹ ਧਰਮ ਬਚਾਇਆ। ਸੋ ਮੇਰੀ ਤਾਂ ਇਹੀ ਬੇਨਤੀ ਹੈ ਜੀ ਕਿ ਅਸੀਂ ਜਿੰਨੀਆਂ ਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਹੈਗੀਆਂ, ਉਹ ਆਪਣੇ ਹਰ ਇੱਕ ਸਮਾਜ ਦੇ ਬੰਦੇ ਦੇ ਕੋਲ ਪਹੁੰਚਣ ਦੀ ਕਿਰਪਾ ਕਰੇ, ਉਹਦੀ ਪਹੁੰਚ ਤੱਕ ਹੋਵੇ, ਐਜੂਕੇਸ਼ਨ ਨੂੰ ਲੈ ਕੇ ਵੀ ਥੋੜ੍ਹੇ ਉਪਰਾਲੇ ਕੀਤੇ ਜਾਣ, ਲੋਕਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ, ਧਰਮਾਂ ਬਾਰੇ ਆਪਣੇ ਦੱਸਿਆ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਵੀ ਕੀ ਚੱਲਦਾ ਪਿਆ। ਖਾਸ ਤੌਰ 'ਤੇ ਅਸੀਂ ਸਾਰੇ ਹਿੰਦੁਸਤਾਨੀ ਧਰਮ ਪਾਤੇ, ਇੱਥੋਂ ਦੇ ਅਸੀਂ ਰਹਿਣ ਵਾਲੇ ਲੋਕ ਹਾਂ, ਅਸੀਂ ਸਾਰਿਆਂ ਦਾ ਸਤਿਕਾਰ ਕਰਨ ਵਾਲੇ ਲੋਕ ਸੀ। ਅਤੇ ਕੀ ਇਹੋ ਜਿਹਾ ਹੋ ਜਾਂਦਾ ਕਿ ਅਸੀਂ ਜਦੋਂ ਖਾਸ ਤੌਰ 'ਤੇ ਈਸਾਈਅਤ ਜਾਂ ਇਸਲਾਮ ਦਾ ਪੱਲਾ ਫੜਦੇ ਹਾਂ ਅਤੇ ਉਹਦੇ ਵਿੱਚੋਂ ਜ਼ਿਆਦਾ ਨਹੀਂ ਤਾਂ 90% ਲੋਕ ਜਿਹੜੇ ਆ ਉਹ ਇੱਥੋਂ ਦੇ ਧਰਮ ਪੰਥਾਂ ਨਾਲ ਇੱਕ ਤਰੀਕੇ ਨਾਲ ਇੱਦਾਂ ਨਫ਼ਰਤ ਜਿਹੀ ਕਰਨ ਲੱਗ ਜਾਂਦੇ ਆ। ਉਹ ਜਿਹੜੇ ਈਸਾਈਅਤ ਜਾਂ ਇਸਲਾਮ ਦੇ ਧਾਰਨੀ ਜਿਹੜੇ ਸੱਚੇ ਇਸਲਾਮ ਨੂੰ ਮੰਨਣ ਵਾਲੇ ਲੋਕ ਨੇ, ਸੱਚੇ ਈਸਾਈਅਤ ਨੂੰ ਮੰਨਣ ਵਾਲੇ ਜਿਹੜੇ ਧਰਮੀ ਲੋਕ ਨੇ, ਕਿਤੇ ਇਹ ਉਹਨਾਂ ਦੀ ਵੀ ਖਿਲਾਫ ਗੱਲ ਜਾਂਦੀ ਹੈ, ਕਿਉਂਕਿ ਉਹਨਾਂ ਦੇ ਉੱਤੇ ਵੀ ਸਵਾਲ ਉੱਠ ਜਾਂਦੇ ਕੁਝ ਸ਼ਰਾਰਤੀ ਲੋਕਾਂ ਦੇ ਕਰਕੇ। ਸੋ ਉਹਨਾਂ ਨੂੰ ਵੀ, ਸਾਰਿਆਂ ਨੂੰ ਸਾਨੂੰ ਇਕੱਠੇ ਹੋ ਕੇ ਜਿਹੜਾ ਸੱਚਾ ਇਸਲਾਮ ਦਾ ਧਾਰਨੀ ਹੈ, ਸੱਚਾ ਸਿੱਖ ਹੈ, ਸੱਚਾ ਹਿੰਦੂ ਹੈ, ਸੱਚਾ ਮੁਸਲਮਾਨ ਹੈ, ਕੋਈ ਵੀ ਸੱਚਾ ਜੈਨ ਹੈ, ਬੋਧ ਹੈ, ਕੋਈ ਵੀ ਜਿਹੜਾ ਮਨੁੱਖਤਾਵਾਦੀ ਹੈ, ਉਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਚੀਜ਼ ਬੁਰਾਈ ਹੈ ਬੁਰੇ ਨੂੰ ਬੁਰਾ ਕਹਿਣਾ ਚਾਹੀਦਾ, ਔਰ ਜਿੱਥੇ ਤੱਕ ਅਛਾਈ ਹੈ ਉਹਦੇ ਤੋਂ ਵਿਰੋਧ ਨਹੀਂ ਕਰਨਾ ਚਾਹੀਦਾ। ਤੋ ਬਹੁਤ ਬਹੁਤ ਡਿਸਕਸ਼ਨ 'ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।